ਅੱਜ ਤਾਂ ਹਾਲਾਤ ਇਹ ਬਣੇ ਪਏ ਨੇ, ਕਲਾਕਾਰਾਂ ਦੇ ਅਖਾੜੇ ਲੱਗੇ ਹੋਣ, ਮੁਜਰੇ ਹੋ ਰਹੇ ਹੋਣ, ਦੇਹਧਾਰੀ ਬਾਬਿਆਂ ਦੇ ਦੀਵਾਨ ਸੱਜ ਰਹੇ ਹੋਣ, ਅਤੇ ਚਾਹ ਚੜ੍ਹਦਾ ਤਤ ਗੁਰਮਤ ਦੇ ਪ੍ਰਚਾਰਕਾਂ ਦੇ ਰਸਤੇ ਰੋਕੇ ਜਾ ਰਹੇ ਨੇ। ਉਹਨਾਂ ਦੇ ਦੀਵਾਨਾਂ ਵਾਸਤੇ ਪਹਿਲਾਂ ਪੁਲਿਸ ਕੋਲ ਭੱਜਦੇ ਹਾਂ, ਜਦੋਂ ਉੱਥੇ ਹੱਥ ਖੜ੍ਹੇ ਹੋ ਜਾਂਦੇ ਫਿਰ ਰਸਤੇ ਰੋਕੇ ਜਾਂਦੇ ਨੇ। ਰਾਹ ਰੋਕੋ, ਡਾਂਗਾ ਚਲਾਓ, ਟਕੂਏ ਚਲਾਓ, ਇਹਨਾਂ ਨੂੰ ਘੂਰੀਆਂ ਵੱਟੋ। ਯਾਦ ਰੱਖਣਾ, ਉਹਨਾਂ ਦੁਆਲੇ ਹੋਣਗੇ ਜਿਹੜੇ ਇੱਕ ਪੰਥ ਦੀ, ਇੱਕ ਗ੍ਰੰਥ ਦੀ, ਇੱਕ ਮਰਿਆਦਾ ਦੀ, ਇੱਕ ਸਿਧਾਂਤ ਦੀ ਗੱਲ ਕਰਨਗੇ। ਕਰਾਮਾਤੀ ਸਾਖੀਆਂ ਸੁਣਾਓ, ਕੋਈ ਵਿਰੋਧ ਨਹੀਂ, ਕੋਈ ਵਿਰੋਧ ਨਹੀਂ। ਡੇਰੇਦਾਰਾਂ ਦੀਆਂ ਸਾਖੀਆਂ ਸੁਣਾਓ, ਇੱਥੇ ਬਾਬਾ ਜੰਮਿਆ, ਇੱਥੇ ਆਹ ਹੋ ਗਿਆ, ਫਲਾਣੇ ਦਾ ਪੁੱਤ ਮਰ ਗਿਆ, ਉਹ ਬਾਬੇ ਕੋਲ ਲੈ ਕੇ ਆਏ, ਬਾਬੇ ਅਰਦਾਸ ਕੀਤੀ, ਪੁੱਤ ਜਿਉਂਦਾ ਹੋ ਗਿਆ, ਗੁਰੂ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਨੇ ਪੁੱਛਣਾ ਨਹੀਂ, ਕਰਾਮਾਤੀ ਸਾਖੀਆਂ ਸੁਣੋ, ਸੁਣਾਓ, ਫਲਾਣੀ ਮੱਝ ਸੀ, ਉਹ ਕੱਟੇ ਹੀ ਦੇਈ ਜਾਂਦੀ ਸੀ, ਬਾਬੇ ਨੇ ਹੱਥ ਫੇਰਿਆ, ਮੁੜ ਕੇ ਕੱਟੀਆਂ ਹੀ ਦੇ ਗਈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾ ਤੁਸੀਂ ਮੱਝ ਪੁੱਛਣ ਜਾਣਾ ਹੈ ਵੀ ਮੱਝ ਕਿੱਥੇ, ਉਹ ਬਾਬਾ ਜੀ ਕਰਾਮਾਤੀ, ਨਾ ਮੈਂ ਦੱਸਣ ਹੀ ਆਉਣਾ ਤੁਹਾਨੂੰ। ਇੱਦਾਂ ਦੇ ਹਾਲਾਤ ਸੀ, ਇੱਕੇ ਟੋਕਰੇ ਵਿੱਚੋਂ ਹੀ, ਇੱਕੇ ਟੋਕਰੇ ਵਿੱਚੋਂ ਮਸਾਂ ਥੋੜ੍ਹੇ ਜਿਹੇ ਪ੍ਰਸ਼ਾਦੇ ਸੀ, ਉੱਤੇ ਰੁਮਾਲਾ ਪਾਇਆ, ਬਾਬਾ ਜੀ ਨੇ ਅਰਦਾਸ ਕੀਤੀ, 12-13 ਟਰੱਕ ਸੰਗਤ ਦੇ ਪ੍ਰਸ਼ਾਦਾ ਛੱਕ ਗਏ, ਪ੍ਰਸ਼ਾਦੇ ਮੁੱਕੇ ਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ, ਇਹ ਸਾਧ ਕਿਤੇ ਤੁਹਾਡੇ ਵੇਲੇ ਹੁੰਦੇ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ, ਉੱਥੇ ਸਿੱਖਾਂ ਨੂੰ ਭੁੱਖ ਲੱਗੀ, ਘੋੜੇ ਭੁੱਖੇ ਮਰ ਗਏ, ਚਮਕੌਰ ਸਾਹਿਬ ਦੀ ਗੜੀ ਅੰਦਰ ਭੁੱਖ ਲੱਗੀ, ਉੱਥੇ ਅਨਾਜ ਪਾਣੀ ਘੱਟ ਗਿਆ, ਗੁਰਦਾਸ ਨੰਗਲ ਦੀ ਗੜੀ, ਬੰਦਾ ਸਿੰਘ ਬਹਾਦਰ ਨਾਲੋਂ ਵਧੀਆ ਅਰਦਾਸ ਕੌਣ ਕਰ ਸਕਦਾ ਹੈ, ਜਿਹੜਾ ਆਪਣੇ ਬੱਚੇ ਦਾ ਕਲੇਜਾ ਕਢਵਾ ਕੇ ਮੂੰਹ 'ਚ ਪਵਾ ਰਿਹਾ, ਗੁਰਦਾਸ ਨੰਗਲ ਦੀ ਗੜੀ 'ਚ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਪਖੰਡੀ ਬਾਬਿਆਂ ਮੁਤਾਬਕ ਅਰਦਾਸ ਕਰਨੀ ਨਹੀਂ ਆਈ। ਉੱਥੇ ਘੋੜੇ ਭੁੱਖੇ ਮਰ ਗਏ, ਕਿੰਨੇ ਜਵਾਨ ਸਿੱਖ ਸਰੀਰ ਦੀ ਖੁਰਾਕ ਕਰਨ ਚੜ੍ਹਾਈ ਕਰ ਗਏ, ਇੱਥੇ ਡੇਰੇ ਦੀਆਂ ਪਰਿਕਰਮਾ ਕਰਨੀ ਕੋਈ ਜਾਵੇ ਅਤੇ ਇੱਕੇ ਟੋਕਰੇ 'ਚੋਂ 12-13 ਟਰੱਕ ਸੰਗਤ ਦੇ ਪ੍ਰਸ਼ਾਦਾ ਛੱਕ ਜਾਂਦੇ, ਟੋਕਰੇ 'ਚੋਂ ਪ੍ਰਸ਼ਾਦੇ ਮੁੱਕਦੇ ਨਹੀਂ, ਆਖੋ ਸਤਨਾਮ ਸ੍ਰੀ। ਇਹ ਸਾਖੀਆਂ ਪਤਾ ਕਿਉਂ ਚੰਗੀਆਂ ਲੱਗਦੀਆਂ, ਬਾਬਾ ਜੀ ਕਿਤੇ ਉੱਦਾਂ ਦਾ ਟੋਕਰਾ ਸਾਨੂੰ ਦੇ ਦਿਓ, ਅਸੀਂ ਤਾਂ ਡਰਾਮਾ ਭਰਨ 'ਚ ਰਹਿੰਦੇ ਹਾਂ, ਸਾਡੀ ਤਾਂ ਕਣਕ ਫੇਰ ਮੁੱਕ ਜਾਂਦੀ ਆ, ਸਾਨੂੰ ਇਹ ਤਾਂ ਸਾਖੀਆਂ, ਥੋਥੀਆਂ ਸਾਖੀਆਂ ਤਾਂ ਚੰਗੀਆਂ ਲੱਗਦੀਆਂ, ਜਿਨ੍ਹਾਂ ਨੇ ਬੜੇ ਵੱਡੇ ਗਪੌੜ ਸੁਣਾਏ ਹੋਣਗੇ, ਲੰਮੇ ਲੰਮੇ ਕਰਾਮਾਤੀ ਪ੍ਰਚਾਰ ਕੀਤੇ ਹੋਣਗੇ, ਉਹਨਾਂ ਨੂੰ ਆ ਨਰੋਲ ਸੱਚ ਦੀ ਵਿਚਾਰ ਹਜ਼ਮ ਨਹੀਂ ਹੋਏਗੀ, ਹਾਜ਼ਮੇ 'ਤੇ ਖਰਾਬ ਹੋਣਗੇ, ਸਮੱਸਿਆ ਇੱਥੇ ਖੜ੍ਹੀ ਹੁੰਦੀ ਹੈ। ਉਹਨਾਂ ਮੁਤਾਬਕ ਆ ਜਿਹੜੇ ਲੱਚਰ ਗਾਇਕ ਕਲਾਕਾਰ ਸਾਉਣ ਭਾਦੋਂ ਦੇ ਮਹੀਨਿਆਂ ਵਿੱਚ ਕਬਰਾਂ 'ਤੇ ਮੇਲੇ ਲਾਉਣ ਜਾਂਦੇ, ਉਹਨਾਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਜਿਹੜੇ ਦੇਹਧਾਰੀ ਬਾਬੇ ਪੈਰ ਧੁਆ ਧੁਆ ਕੇ ਪਬਲਿਕ ਨੂੰ ਪਿਆਉਂਦੇ ਨੇ, ਉਹਨਾਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਇੱਕ ਬਾਬਾ ਦੂਜੇ ਦੇ ਮੂੰਹ 'ਚ ਥੁੱਕ ਕੇ ਉਹਨੂੰ ਬ੍ਰਹਮ ਗਿਆਨ ਦੇ ਰਿਹਾ, ਉਹਨਾਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਮਰ ਗਏ ਸਾਧ ਦੀਆਂ ਖੜਾਵਾਂ 'ਤੇ ਜੁੱਤੀਆਂ ਸਾਂਭ ਕੇ ਰੱਖੀਆਂ, ਉਹਨੂੰ ਮੱਥੇ ਟਿਕਾਏ ਜਾ ਰਹੇ ਨੇ, ਇਹਨਾਂ ਪਖੰਡੀਆਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਅੰਦਾਜ਼ਾ ਲਓ, ਮਰ ਗਏ ਜਿਉਂਦੇ ਬੰਦੇ, ਜਿਉਂਦਾ ਬੰਦਾ ਪੈਦਲ ਤੁਰਿਆ ਜਾ ਰਿਹਾ ਹੈ, ਉਹਨੂੰ ਸਾਈਕਲ ਤੱਕ ਨਸੀਬ ਨਹੀਂ ਹੋ ਰਿਹਾ, ਮਰ ਗਏ ਸਾਧ ਦੀ ਗੱਡੀ ਸਾਂਭ ਕੇ ਰੱਖੀ ਜਾ ਰਹੀ, ਉਹਦੀਆਂ ਆਰਤੀਆਂ ਹੋ ਰਹੀਆਂ, ਉਹਨਾਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਉਹਨਾਂ ਮੁਤਾਬਕ ਆੜੇ ਪ੍ਰਚਾਰਕ
ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ, ਸਾਹਿਬਜ਼ਾਦਿਆਂ ਦੀ ਗੱਲ ਕਰਦੇ, ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ, ਸਰਦਾਰ ਹਰੀ ਸਿੰਘ ਨਲੂਏ ਦੀ ਗੱਲ ਕਰਦੇ, ਸਿੱਖੀ ਸਿਧਾਂਤਾਂ ਦੀ ਗੱਲ ਕਰਦੇ, ਉਹਨਾਂ ਮੁਤਾਬਕ ਸਿੱਖੀ ਦਾ ਨੁਕਸਾਨ ਇਹ। ਹੁਣ ਫੈਸਲਾ ਆਪ ਕਰ ਲਓ, ਸਿੱਖ ਕੌਣ ਹੈ ਅਤੇ ਕੌਣ ਨਹੀਂ ਹੈ। ਫੈਸਲਾ ਕਰੋ, ਅੱਖਾਂ ਖੋਲ੍ਹੋ ਥੋੜ੍ਹੀਆਂ ਜੀਆਂ, ਅੱਖਾਂ ਖੋਲ੍ਹੋ। ਜਿੰਨੀ ਦੇਰ ਤੱਕ ਉਹ ਪਾਣੀ ਵੇਚੀ ਜਾਂਦਾ ਕੋਈ ਨਹੀਂ ਪੁੱਛਦਾ, ਜਿੱਦਣ ਦੁੱਧ ਵੇਚਣਾ ਸ਼ੁਰੂ ਕਰਦਾ ਉਸਲਵੱਟੇ ਲੈਣ ਲੱਗ ਪੈਂਦੇ ਨੇ ਉਸਲਵੱਟੇ। ਅੱਜ ਹਾਲਾਤ ਇਹ ਬਣੇ ਪਏ ਨੇ ਸਾਡੀ ਕੌਮ ਦੇ। ਸਿੱਖਾ ਕਦੋਂ ਜਾਗੇਂਗਾ ਤੂੰ, ਕਦੋਂ ਮੁੜੇਂਗਾ ਵਾਪਸ? ਤੇਰਾ ਕੀਮਤੀ ਸਰਮਾਇਆ ਅਗਲਿਆਂ ਨੇ ਆਪਣੇ ਪੈਰਾਂ 'ਤੇ ਸਟਾ ਲਿਆ, ਤੂੰ ਟੇਕਿਆ, ਤੂੰ ਮੱਥੇ ਟੇਕੇ ਨੇ। ਤੇਰੇ ਸਿੱਖੀ ਦੇ ਮਹੱਲ ਨੂੰ ਡੇਗਣ ਵਾਸਤੇ ਅਗਲਿਆਂ ਦਿਨ ਰਾਤ ਇੱਕ ਕਰ ਦਿੱਤਾ ਹੈ, ਦਿਨ ਰਾਤ ਇੱਕ ਕੀਤਾ ਹੈ। ਬੰਦਾ ਸਿੰਘ ਬਹਾਦਰ ਦਾ 300 ਸਾਲਾ ਅੰਦਾਜ਼ਾ ਲਾ ਕੇ ਵੇਖੋ ਸਾਡੇ ਹਾਲਾਤ ਕਿਹੜੇ ਬਣੇ ਪਏ ਨੇ। ਕਿੰਨਿਆਂ ਨੂੰ ਯਾਦ ਹੈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ? ਕਿੰਨਿਆਂ ਨੂੰ ਪਤਾ ਉਹ ਕੌਣ ਹੈ? ਕਦੋਂ ਸਿੱਖ ਨੂੰ ਸਮਝ ਆਏਗੀ ਕਿੱਦਾਂ ਦਾ ਪ੍ਰਚਾਰ ਹੋ ਰਿਹਾ? ਕਿਤੇ ਕੋਈ ਸਾਧ ਗੁਰੂ ਦੀ ਹਜ਼ੂਰੀ ਵਿੱਚ ਸੁਣਾ ਰਿਹਾ, ਕੋਈ ਆਪਣੇ ਕੱਛੇ ਦੀ ਸਾਖੀ ਸੁਣਾ ਕੇ ਤੁਰ ਜਾਂਦਾ ਹੈ। ਮੈਂ ਪਹਿਲਵਾਨ ਹੁੰਦਾ ਸੀ, ਮੈਂ ਕੁੜਦਾ ਹੁੰਦਾ ਸੀ, ਉਹਨਾਂ ਮੁਤਾਬਕ ਗੁਰੂ ਦੀ ਹਜ਼ੂਰੀ 'ਚ ਇਹ ਆਪਣਾ ਕੱਛਾ ਸਾਧ ਵਿਖਾ ਰਿਹਾ, ਇਹ ਸਿੱਖੀ ਦਾ ਨੁਕਸਾਨ ਨਹੀਂ। ਉਹ ਦੰਦੀਆਂ ਚੜਾ ਰਹੇ ਨੇ ਪਖੰਡੀ, ਆਪਣੇ ਬਾਬੇ ਨੂੰ ਮਰੇ ਹੋਏ ਨੂੰ 1.5-2 ਸਾਲ ਹੋ ਕੇ ਅਗਲੇ ਫਰਿੱਜ ਵਿੱਚ ਲਾ ਕੇ ਬੈਠੇ, ਇਹ ਸਿੱਖੀ ਦਾ ਨੁਕਸਾਨ ਨਹੀਂ, ਇਹ ਸਿੱਖੀ ਦਾ ਨੁਕਸਾਨ ਨਹੀਂ। ਉਹ ਦੰਦੀਆਂ ਚੜਾ ਰਹੇ ਨੇ। ਤੁਹਾਨੂੰ ਪਤਾ ਮੈਂ ਕਿਹਦੀ ਗੱਲ ਕਰ ਰਿਹਾ, ਇਹਨਾਂ 'ਤੇ ਇਸ਼ਾਰਾ ਤੁਸੀਂ ਵੀ ਸਮਝ ਗਏ ਹੋਗੇ, ਹੁਣ ਥੋੜ੍ਹਾ ਬਹੁਤਾ ਸਮਝ ਆਉਣ ਲੱਗ ਪਈ ਹੈ। ਮਰ ਗਏ ਬਾਬੇ ਨੂੰ ਰੱਖਿਆ ਫਰਿੱਜ ਵਿੱਚ ਲਾ ਕੇ, ਉਹ ਫਰਿੱਜ ਵਿੱਚ ਭਗਤੀ ਕਰ ਰਿਹਾ, ਉਹਨਾਂ ਮੁਤਾਬਕ ਇਹ ਸਿੱਖੀ ਦਾ ਨੁਕਸਾਨ ਨਹੀਂ। ਟਕੂਏ ਗੁੜਾਸੇ ਛਵੀਆਂ, ਟਕੂਏ ਬੰਦੂਕਾਂ ਲੈ ਕੇ ਸੜਕਾਂ 'ਤੇ ਘੁੰਮ ਰਹੇ ਨੇ, ਅਸੀਂ ਖਾਲਸੇ ਪੰਥ ਦੀ ਰਾਖੀ ਕਰਨੀ। ਖਤਰਾ ਪਿਆ ਹੈ, ਝੂਠ ਨੂੰ ਖਤਰਾ ਪੈ ਗਿਆ, ਮੈਂ ਫੜਿਆ ਜਾਣਾ, ਸੱਚ ਨੂੰ ਕਾਹਦਾ ਖਤਰਾ ਹੈ? ਜੇ ਤੁਹਾਨੂੰ ਆਪਣੀਆਂ ਵਿਚਾਰਾਂ, ਮੈਂ ਇੱਕ ਸ਼ਬਦ ਆਪਣੀ ਹੋਸ਼ ਵਿੱਚ ਬੋਲ ਰਿਹਾ, ਜੇ ਤੁਹਾਨੂੰ ਆਪਣੇ ਇੰਨਿਆਂ ਵਿਚਾਰਾਂ 'ਤੇ ਬਲ ਹੈ, ਪਬਲਿਕ ਵਿੱਚ ਸੁੱਟੋ, ਪਬਲਿਕ ਵਿੱਚ ਇਹ ਵਿਚਾਰ ਦਿਓ। ਪਬਲਿਕ ਇੰਨੀ ਨਿਆਣੀ ਨਹੀਂ, ਉਹਨਾਂ ਨੂੰ ਸਭ ਪਤਾ ਹੈ ਕੀ ਕੱਚ ਹੈ, ਕੀ ਸੱਚ ਹੈ, ਕੀ ਝੂਠ ਹੈ, ਪਤਾ ਹੈ, ਫੈਸਲਾ ਕਰ ਲੈਣਾ ਹੈ। ਡਰ ਇਹ ਪੈ ਰਿਹਾ ਹੈ, ਜਿਹੜੇ ਵਿਚਾਰ ਪੇਸ਼ ਕਰਦੇ ਉਹਨਾਂ ਨੂੰ ਹੀ ਢਾਲੋ। ਜੇ ਇਹਨਾਂ ਨੂੰ ਪਤਾ ਹੈ ਵਿਚਾਰ ਕਿਹੜੇ ਸਹੀ ਅਤੇ ਕਿਹੜੇ ਗਲਤ ਨੇ, ਪਤਾ ਹੈ, ਤੁਸੀਂ ਮੰਨੋ, ਤੁਹਾਨੂੰ ਅਸੀਂ ਮਨਾ ਕਰਦੇ ਹਾਂ। ਅਸੀਂ ਜਿਸ ਗੁਰੂ ਦੇ ਸਿੱਖ ਹਾਂ, ਅਸੀਂ ਉਸ ਗੁਰੂ ਦੀ ਬਾਣੀ ਦੀ ਗੱਲ ਕਰਦੇ ਹਾਂ, ਜਿਸ ਨੂੰ ਤੁਸੀਂ ਮੰਨਦੇ ਹੋ ਤੁਸੀਂ ਕਰੋ, ਤੁਹਾਨੂੰ ਮਨਾ ਥੋੜ੍ਹਾ ਕਰਦੇ ਹਾਂ। ਅਸੀਂ ਜਦੋਂ ਤੁਹਾਡਾ ਕੋਲ ਦੀਵਾਨ ਲੱਗਦਾ ਹੈ ਮਨਮਤੀਆਂ ਦਾ, ਅਸੀਂ ਕਦੀ ਪੁਲਿਸ ਕੋਲ ਥੋੜ੍ਹਾ ਜਾਂਦੇ ਹਾਂ ਵੀ ਇਹਨਾਂ ਨੂੰ ਰੋਕੋ ਜੀ? ਇਹ ਤਾਂ ਨਿਆਣਿਆਂ ਵਾਲਾ ਹਿਸਾਬ ਹੁੰਦਾ ਵੀ ਸਿੰਡਲ ਜੇ ਨਿਆਣੇ ਵੇਖੇ ਪਹਿਲਾਂ ਇਲਤਾਂ ਕਰੀ ਜਾਣੀ, ਜਦੋਂ ਕੁੱਟ ਪੈਣੀ ਮਾਂ ਕੋਲ ਸ਼ਿਕਾਇਤ ਕਰਨੀ। ਇਹ ਸਿੰਡਲ ਨਿਆਣਿਆਂ ਦੀ ਤਰ੍ਹਾਂ ਕਰਦੇ ਨੇ, ਜਦੋਂ ਸਾਰੀਆਂ ਹਾਰਾਂ ਮੁੱਕ ਜਾਂਦੀਆਂ ਫਿਰ ਪੁਲਿਸ ਕੋਲ ਰੋਂਦੇ, ਹੈ ਜੀ SSP ਸਾਹਿਬ, DSP ਸਾਹਿਬ, ਦੁਹਾਈ ਰੱਬ ਦੀ, MLA ਸਾਹਿਬ, MP ਸਾਹਿਬ, ਰੋਕੋ ਇਹਨਾਂ ਨੂੰ। ਡਰ ਪੈ ਗਿਆ, ਥੱਲਿਓਂ ਕੁਝ ਨਿਕਲਦਾ ਨਜ਼ਰ ਆ ਰਿਹਾ, ਤਖ਼ਤ ਰਾਜ ਭਾਗ ਪਖੰਡ ਨਿਕਲਦਾ ਨਜ਼ਰ ਆ ਰਿਹਾ। ਜੇ ਤੁਹਾਨੂੰ ਆਪਣੀਆਂ ਵਿਚਾਰਾਂ 'ਤੇ ਇੰਨਾ ਬਲ ਹੈ ਵੀ ਜਿਸ ਨੂੰ ਤੁਸੀਂ ਮੰਨਦੇ ਹੋ ਉਹ ਦੁਨੀਆਂ ਨੂੰ ਦੱਸੋ, TV 'ਤੇ ਲਾਈਵ ਕਥਾ ਕਰ ਦਿਓ ਸਾਰੇ ਦੀ ਦੁਨੀਆਂ ਨੂੰ ਦੱਸ ਦਿਓ ਇੱਕ ਵਾਰ। ਇਕੱਲਾ ਇਕੱਲਾ ਬੱਚਾ ਫੈਸਲਾ ਕਰ ਲਵੇਗਾ ਮੇਰਾ ਗੁਰੂ ਕੀ ਦੱਸ ਕੇ ਗਿਆ ਅਤੇ ਕੀ ਨਹੀਂ ਦੱਸ ਕੇ ਗਿਆ। ਇੱਕ ਵਾਰ ਸਾਰੇ ਕਹੋ ਧੰਨ ਸ਼੍ਰੀ ਗੁਰੂ, ਉੱਚੀ ਕਹੋ ਧੰਨ ਸ਼੍ਰੀ ਗੁਰੂ। ਫੈਸਲਾ ਆਪਣੇ ਆਪ ਹੋ ਜਾਣਾ, ਪਰ ਤੁਹਾਨੂੰ ਪਤਾ ਹੈ ਪਬਲਿਕ ਨੇ ਸੱਚ ਮੰਨ ਲੈਣਾ।
ਲੈਣਾ ਹੈ, ਸੱਚ ਨੂੰ ਸੱਚ ਸਮਝ ਲੈਣਾ ਹੈ। ਤੁਸੀਂ ਤਾਂ ਆਪਣੇ ਬੱਚਿਆਂ ਨੂੰ ਇਸ ਬੰਨੇ ਨਹੀਂ ਤੋਰ ਸਕਦੇ, ਤੁਹਾਨੂੰ ਅੰਦਰ ਡਰ ਹੈ। ਬੱਚਿਆਂ ਨੇ ਵੀ ਸਾਡੇ 'ਤੇ ਕਈ ਤਰ੍ਹਾਂ ਦੇ ਸਵਾਲ ਕਰ ਦੇਣੇ ਨੇ, ਕਈ ਤਰ੍ਹਾਂ ਦੇ ਸਵਾਲ ਕਰ ਦੇਣੇ। ਵਾਪਸ ਪਰਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ, ਜਿਸ ਦੇ ਸਾਨੂੰ ਲੜ ਲਾਇਆ, ਬਾਣੀ ਪੜ੍ਹੋ, ਬਾਣੀ ਵਿਚਾਰੋ। ਅਕਾਲ ਤਖਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ ਲਾਗੂ ਕਰੋ। ਦੱਸ ਦਿਓ ਦੁਨੀਆ ਨੂੰ, ਸਾਨੂੰ ਸਭ ਕੁਝ ਆਪਣੇ ਗੁਰੂ ਕੋਲੋਂ ਮਿਲਦਾ, ਸਾਨੂੰ ਇਹਦਾ ਦਰ ਛੱਡ ਕੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ। ਦੱਸ ਦਿਓ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਦੱਸ ਦਿਓ।